ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ ਅਤੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਇਹਨਾਂ ਪ੍ਰਭਾਤ ਫੇਰੀਆਂ ਵਿੱਚ ਸੰਗਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਇੱਕ ਤਸਵੀਰ ਨੂੰ ਵੀ ਆਪਣੇ ਨਾਲ ਨਾਲ ਪ੍ਰਭਾਤ ਫੇਰੀ ਸਮੇਤ ਲਿਜਾਂਦੀ ਹੈ ਅਤੇ ਲੋਕ ਉਸ ਫੋਟੋ ਨੂੰ ਮੱਥਾ ਟੇਕਦੇ ਹਨ। ਬਿਲਕੁਲ ਉਹੋ ਜਿਹੀ ਤਸਵੀਰ ਸਾਡੇ ਘਰਾਂ ਵਿੱਚ ਵੀ ਜ਼ਰੂਰ ਹੋਵੇਗੀ ਜਿਸ ਨੂੰ ਅਸੀਂ ਗੁਰੂ ਨਾਨਕ ਪਾਤਸ਼ਾਹ ਸਮਝ ਕੇ ਨਮਸਕਾਰ ਕਰਦੇ ਹਾਂ। ਅੱਜ ਅਸੀਂ ਦੱਸਾਂਗੇ ਇਸ ਪ੍ਰਚਲਿਤ ਹੋਈ ਤਸਵੀਰ ਦਾ ਸੱਚ, ਜੋ ਗੁਰੂ ਨਾਨਕ ਸਾਹਿਬ ਦੀ ਤਸਵੀਰ ਕਹਿ ਕੇ ਪ੍ਰਚਾਰੀ ਗਈ ਅਤੇ ਗੁਰੂ ਨਾਨਕ ਜੀ ਦੇ ਸਿਧਾਂਤ ਤੋਂ ਉਲਟ ਚੱਲਦਿਆਂ ਸਿੱਖਾਂ ਨੇ ਜਾਣੇ ਜਾਂ ਅਣਜਾਣੇ ਵਿੱਚ ਇਸ ਮੂਰਤੀ ਭਾਵ ਤਸਵੀਰ ਨੂੰ ਪੂਜਿਆ। ਆਪਾਂ ਇਹਨਾਂ ਮੂਰਤਾਂ ਫੋਟੋਆਂ ਬਾਰੇ ਵਿਚਾਰ ਕਰ ਰਹੇ ਹਾਂ। ਉਹ ਮਿੱਟੀ, ਪੱਥਰ, ਲੱਕੜੀ, ਕੱਪੜਾ, ਕਾਗਜ਼ ਅਤੇ ਅੱਜ ਕੱਲ੍ਹ ਪਲਾਸਟਿਕ ਆਦਿ ਦੀਆਂ ਬਣਾਈਆਂ ਮਨੋਕਲਪਿਤ ਫੋਟੋਆਂ, ਤਸਵੀਰਾਂ, ਮੂਰਤੀਆਂ ਜਿਨ੍ਹਾਂ ਦੀ ਪੂਜਾ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਿਆਦਾ ਵਿੱਚ ਭਰਵਾਂ ਖੰਡਨ ਕੀਤਾ ਗਿਆ। ਕਾਫ਼ੀ ਚਿਰ ਪਹਿਲਾਂ ਮੈਨੂੰ ਕਿਸੇ ਨੇ ਪੁੱਛਿਆ ਸੀ ਕਿ ਗੁਰੂ ਨਾਨਕ ਜੀ ਦੀ ਤਸਵੀਰ 'ਤੇ ਦਾੜ੍ਹੀ ਚਿੱਟੀ ਹੈ ਅਤੇ ਭਰਵੱਟੇ ਕਾਲੇ ਹਨ, ਅਜਿਹਾ ਕਿਉਂ? ਇਸ ਦਾ ਜਵਾਬ ਇਹਨਾਂ ਫੋਟੋਆਂ ਨੂੰ ਵੇਖ ਕੇ ਹੀ ਪਤਾ ਲੱਗਦਾ ਹੈ ਕਿ ਉਹ ਇਸ ਲਈ ਕਾਲੇ ਹਨ ਕਿਉਂਕਿ ਜਿਸ ਨੇ ਇਹ ਫੋਟੋ ਬਣਾਈ ਹੈ ਉਸਦੇ ਆਪਣੇ ਵੀ ਉਸ ਵਕਤ ਭਰਵੱਟੇ ਕਾਲੇ ਸਨ। ਇਹ ਫੋਟੋ ਉਸਨੇ ਆਪਣੀ ਹੀ ਬਣਾ ਕੇ ਲੋਕਾਂ ਨੂੰ ਦੱਸ ਦਿੱਤਾ ਕਿ ਇਹ ਫੋਟੋ ਗੁਰੂ ਨਾਨਕ ਜੀ ਦੀ ਹੈ। ਦਾੜ੍ਹੀ ਵੀ ਉਸੇ ਤਰ੍ਹਾਂ ਦੀ ਹੈ, ਮੁੱਛਾਂ ਵੀ ਉਸੇ ਤਰ੍ਹਾਂ ਦੀਆਂ ਹਨ, ਨੱਕ ਵੀ ਉਸੇ ਤਰ੍ਹਾਂ ਦਾ। ਅਫਸੋਸ, ਅਸੀਂ ਕਿੰਨੇ ਵਰੇ ਸੋਭਾ ਸਿੰਘ ਨੂੰ ਹੀ ਗੁਰੂ ਨਾਨਕ ਦੀ ਤਸਵੀਰ ਮੰਨੀ ਗਏ। ਸੋਭਾ ਸਿੰਘ ਨੇ ਆਪਣੀ ਤਸਵੀਰ ਨੂੰ ਹੀ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਕਹਿ ਕੇ ਸਾਡੇ ਸਾਹਮਣੇ ਪੇਸ਼ ਕੀਤਾ। ਸਾਡੇ ਘਰਾਂ ਵਿੱਚ ਬਹੁਤ ਹੀ ਇਹੀ ਤਸਵੀਰ ਮਿਲਦੀ ਹੈ ਜਿਸ ਦੇ ਅੱਗੇ ਅਸੀਂ ਰੋਜ਼ ਧੂਫ ਬੱਤੀ ਵੀ ਕਰਦੇ ਹਾਂ। ਸੋਭਾ ਸਿੰਘ ਨੇ ਗੁਰੂ ਨਾਨਕ ਸਾਹਿਬ ਦੀ ਪਹਿਲੀ ਤਸਵੀਰ ਦੀ ਘੁੰਡ ਚੁਕਾਈ ਲਈ ਹੋਰ ਬੁੱਧੀਜੀਵੀ ਵਰਗ ਦੇ ਨਾਲ ਨਾਲ ਭਾਈ ਵੀਰ ਸਿੰਘ ਜੀ ਨੂੰ ਵੀ ਖਾਸ ਤੌਰ 'ਤੇ ਸੱਦਿਆ ਸੀ ਤਾਂ ਭਾਈ ਸਾਹਿਬ ਉਸ ਪਹਿਲੀ ਬਣਾਈ ਤਸਵੀਰ ਤੋਂ ਪਰਦਾ ਹਟਾਉਂਦੇ ਸਾਰ ਭਰੇ ਗੱਜ ਨਾਲ ਉਹ ਸਭਾ ਨੂੰ ਛੱਡ ਕੇ ਬਾਹਰ ਆ ਗਏ ਸੀ। ਜਦੋਂ ਉਹਨਾਂ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਸੀ ਕਿ ਇਹੋ ਜਿਹਾ ਨਹੀਂ ਸੀ ਮੇਰਾ ਨਾਨਕ। ਇਸ ਘਟਨਾ ਤੋਂ ਬਾਅਦ ਉਹਨਾਂ ਨੇ ਸੋਭਾ ਸਿੰਘ ਨੂੰ ਬੁਲਾਉਣਾ ਤੱਕ ਵੀ ਛੱਡ ਦਿੱਤਾ ਸੀ। ਗੁਰੂ ਨਾਨਕ ਦੇ ਸਿਧਾਂਤ 'ਤੇ ਉਲਟ ਇਹ ਤਸਵੀਰਾਂ ਪੂਜਣ ਦਾ ਵਰਤਾਰਾ ਸਿੱਖੀ ਦਾ ਅੰਗ ਨਹੀਂ। ਹੈਰਾਨਗੀ ਹੈ ਕਿ ਉਸ ਸਮੇਂ ਸ਼੍ਰੋਮਣੀ ਕਮੇਟੀ ਜਾਂ ਉਦੋਂ ਦੇ ਸਿੱਖ ਆਗੂਆਂ ਨੇ ਵੀ ਇਹਨਾਂ ਤਸਵੀਰਾਂ ਨੂੰ ਨਹੀਂ ਰੁਕਵਾਇਆ। ਇਹ ਵੱਖਰੀ ਗੱਲ ਹੈ ਕਿ ਇੱਕ ਯਾਦਗਾਰ ਦੇ ਤੌਰ 'ਤੇ ਸਿੰਘ ਸਿੰਘਣੀਆਂ ਜਾਂ ਯੋਧਿਆਂ ਦੀਆਂ ਤਸਵੀਰਾਂ ਗੁਰਦੁਆਰਾ ਸਾਹਿਬ ਤੋਂ ਵੱਖਰੇ ਗੈਲਰੀ ਜਾਂ ਅਜਾਇਬ ਘਰਾਂ ਵਿੱਚ ਇਤਿਹਾਸਕ ਤੌਰ 'ਤੇ ਰੱਖੀਆਂ ਜਾ ਸਕਦੀਆਂ ਹਨ ਪਰ ਪੂਜੀਆਂ ਨਹੀਂ ਜਾ ਸਕਦੀਆਂ। ਸਟਾਲ ਲਾਉਣ ਵਾਲੇ ਵੀਰਾਂ ਨੂੰ ਵੀ ਇਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ ਕਿ ਉਹ ਗੁਰੂ ਸਾਹਿਬਾਨ ਦੀਆਂ ਤਸਵੀਰਾਂ, ਫੋਟੋਆਂ ਨਾ ਵੇਚਣ। ਅਸੀਂ ਇਹਨਾਂ ਤਸਵੀਰਾਂ ਨੂੰ ਗੁਰੂ ਨਾਨਕ ਨਾ ਸਮਝ ਕੇ ਗੁਰਮਤ ਅਨੁਸਾਰ ਇਹਨਾਂ ਤੋਂ ਖਹਿੜਾ ਛੁੜਾ ਸਕਦੇ ਹਾਂ। ਆਓ ਅਸੀਂ ਖੁਦ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਨੂੰ ਖਰੀਦਣਾ ਬੰਦ ਕਰੀਏ ਕਿਉਂਕਿ ਇਹਨਾਂ ਤਸਵੀਰਾਂ ਤੋਂ ਬਾਅਦ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਮੂਰਤੀਆਂ ਤੱਕ ਵੀ ਬਣਾ ਦਿੱਤੀਆਂ ਗਈਆਂ ਹਨ। ਜੇ ਅਸੀਂ ਅੱਜ ਨਾ ਸਮਝੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮੂਰਤੀਆਂ ਪੂਜਿਆ ਕਰਨਗੀਆਂ ਜੋ ਕਿ ਗੁਰਮਤ ਦੀ ਘੋਰ ਉਲੰਘਣਾ ਹੈ। ਆਓ ਗੁਰਬਾਣੀ ਨਾਲ ਜੁੜੀਏ ਤਾਂ ਜੋ ਹਰ ਉਸ ਗੱਲ ਨੂੰ ਪਛਾਣ ਸਕੀਏ ਜੋ ਸਾਡਾ ਅੱਜ ਜਾਂ ਅੱਗੇ ਤੋਂ ਨੁਕਸਾਨ ਕਰੇਗੀ। ਇਹ ਵੀਡੀਓ ਹਰ ਸਿੱਖ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਇਹ ਜਾਣਕਾਰੀ ਹਰ ਸਿੱਖ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ।